ਓਸ਼ੋ। ਜੇ ਈਸਾਈ ਕਹਿੰਦੇ ਆ ਕਿ ਜੀਸਸ ਕ੍ਰਾਈਸਟ ਕੁਆਰੀ ਕੰਨਿਆਂ ਤੋਂ ਪੈਦਾ ਹੋਏ ਤਾਂ ਜਿਹੜਾ ਇਸ ਗੱਲ ਨੂੰ ਨਹੀਂ ਮੰਨੇਗਾ ਉਹਨੂੰ ਨਰਕ 'ਚ ਜਾਣਾ ਪਏਗਾ। ਇਸ ਗੱਲ ਨੂੰ ਮੰਨਣਾ ਬਿਲਕੁਲ ਜ਼ਰੂਰੀ ਹੈ, ਨਹੀਂ ਤਾਂ ਨਰਕ 'ਚ ਜਾਣਾ ਪਏਗਾ। ਤਾਂ ਗਰੀਬ ਅਤੇ ਕਮਜ਼ੋਰ ਬੰਦਾ ਡਰਦਾ ਹੈ ਕਿ ਨਰਕ 'ਚ ਜਾਣ ਤੋਂ ਬਚਣ ਲਈ ਹਰਜ਼ ਵੀ ਕੀ ਹੈ। ਇਸ ਗੱਲ ਨੂੰ ਮੰਨ ਲੈਣ 'ਚ ਹੋਏ ਹੋਣਗੇ ਜੀਸਸ ਕੁਆਰੀ ਕੰਨਿਆਂ ਤੋਂ ਪੈਦਾ, ਮੰਨ ਲੈਣ 'ਚ ਕੀ ਹਰਜ਼ ਹੈ ਅਤੇ ਨਰਕ 'ਚ ਜਾਣ ਦੀ ਕੀ ਲੋੜ ਹੈ। ਇਸ ਗੱਲ ਦੇ ਪਿੱਛੇ ਉਹ ਮੰਨ ਲੈਂਦਾ ਹੈ ਕਿ ਹੋਏ ਹੋਣਗੇ। ਸਾਰੀ ਦੁਨੀਆ ਦੇ ਬਾਕੀ ਲੋਕ ਇਸ ਗੱਲ ਉੱਤੇ ਹੱਸਦੇ ਹੈ, ਮੁਸਲਮਾਨ ਹੱਸਦੇ ਹੈ, ਜੈਨ ਹੱਸਦੇ ਹੈ, ਹਿੰਦੂ ਹੱਸਦੇ ਹੈ ਕਿ ਨਿਰੀ ਪਾਗਲਪੁਣੇ ਦੀ ਗੱਲ ਹੈ, ਕੁਆਰੀ ਲੜਕੀ ਦੇ ਬੱਚਾ ਪੈਦਾ ਕਿਵੇਂ ਹੋ ਸਕਦਾ, ਨਿਰੀ ਨਾ ਸਮਝੀ ਦੀ ਗੱਲ ਹੈ। ਪਰ ਮੁਸਲਮਾਨ ਕਹਿੰਦੇ ਆ ਮੁਹੰਮਦ ਆਪਣੀ ਘੋੜੀ 'ਤੇ ਬੈਠੇ ਹੋਏ ਦੇਹ ਸਮੇਤ ਸਵਰਗ ਪਹੁੰਚ ਗਏ। ਇਸ 'ਤੇ ਈਸਾਈ ਹੱਸਦੇ ਹੈ, ਇਸ 'ਤੇ ਹਿੰਦੂ ਹੱਸਦੇ, ਇਸ 'ਤੇ ਜੈਨ ਹੱਸਦੇ ਹੈ। ਇਹ ਕਿਹੋ ਜਿਹੀ ਪਾਗਲਪੁਣ ਦੀ ਗੱਲ ਹੈ। ਪਹਿਲੀ ਤਾਂ ਗੱਲ ਹੈ, ਘੋੜੀ ਮੋਕਸ਼ ਜਾ ਹੀ ਨਹੀਂ ਸਕਦੀ। ਘੋੜਾ ਹੁੰਦਾ ਤਾਂ ਜਾ ਵੀ ਸਕਦਾ ਸੀ, ਕਿਉਂਕਿ ਇਸਤਰੀਆਂ ਦੇ ਮੋਕਸ਼ ਨੂੰ ਜਾਣ ਦੀ ਕੋਈ ਵਿਵਸਥਾ ਹੀ ਨਹੀਂ। ਪੁਰਸ਼ ਤਾਂ ਮੋਕਸ਼ 'ਚ ਜਾ ਵੀ ਸਕਦੇ ਆ, ਫਿਰ ਸਣਦੇ ਹੀ ਕੋਈ ਸਵਰਗ ਕਿਵੇਂ ਜਾ ਸਕਦਾ। ਦੇਹ ਤਾਂ ਇੱਥੇ ਹੀ ਛੱਡਣੀ ਪੈਂਦੀ ਹੈ, ਦੇਹ ਤਾਂ ਪ੍ਰਿਥਵੀ ਦੀ ਚੀਜ਼ ਹੈ। ਮੁਹੰਮਦ ਘੋੜੀ 'ਤੇ ਬੈਠੇ ਹੋਏ ਦੇਹ ਸਮੇਤ ਸਵਰਗ ਹੈ, ਇਸ 'ਤੇ ਸਾਰੇ ਹੱਸਦੇ ਹੈ, ਈਸਾਈ ਵੀ ਹੱਸਦੇ ਹੈ, ਜੈਨ ਵੀ ਹੱਸਦੇ ਹੈ। ਪਰ ਮੁਸਲਮਾਨ ਕਹਿੰਦੇ ਆ ਕਿ ਮੰਨੋ, ਨਹੀਂ ਮੰਨੋਗੇ ਤਾਂ ਨਰਕ 'ਚ ਜਾਓਗੇ, ਕਸ਼ਟ ਭੋਗੋਗੇ। ਇਹ ਗੱਲ ਮੰਨਣੀ ਪਏਗੀ। ਅਤੇ ਔਰਤਾਂ ਬਾਰੇ ਵੀ ਤਾਂ ਇਹੀ ਕਹਿੰਦੇ ਆ ਕਿ ਔਰਤ ਕਦੀ ਵੀ ਸਵਰਗ 'ਚ ਨਹੀਂ ਜਾ ਸਕਦੀ। ਧੰਨਵਾਦ।